अस्सलाम वालेकुम व्यूवर्स, उम्मीद है आप सब खैर वाफियत से होंगे। मैं हूँ जुनैर अशरफ और प्यारे दोस्तों, मैं वीडियो बनाने के लिए जा रहा था किसी अच्छे रेवट की। तो रास्ते में मुझे ना एक बहुत बड़ा तो नहीं और इतना ज़्यादा भी बड़ा नहीं और इतनी ज़्यादा क्वांटिटी या क्वालिटी में नहीं, लेकिन कुछ जानवर इस माल में ऐसे हैं जो मुझे बहुत अच्छे लगे। ठीक है, उन जानवरों की मैं वीडियो बनाने के लिए स्पेशली रुका हूँ क्योंकि मैं चाहता हूँ कि कुछ दोस्तों को जो चीज़ होती है ना अच्छी, जो शौक़ होता है, बेसिकली मेरा माइंड ये होता है कि अच्छी चीज़ें दिखाऊँ आपको। ठीक है, तो इस माल इतना बड़ा नहीं है लेकिन इसमें 4-5-6 बकरियाँ ऐसी हैं जिनकी क्वालिटी काफ़ी अच्छी है और बंदा शौक़ के लिए उनको पाल सकता है। बेसिकली शायद ये सेल वाले नहीं है, लेकिन अगर कोई बंदा इनके पास आता है, मैं वैसे गुजर रहा था तो इनकी वीडियो मैंने जस्ट ऐसे ही क्लिक किया, आप देख रहे होंगे साथ में ना रोड भी है। ठीक है, तो इनसे मैं बात भी करता हूँ और इनका एड्रेस वगैरह हर चीज़ इंशाल्लाह इस वीडियो में पूछ के दूँगा। तो व्यूअर्स, बेसिकली मैंने आपको बताया कि मैं वैसे ही गुजर रहा था तो रास्ते मुझे ना अच्छा माल दिखा। ठीक है, तो इन हजरत से बात करते हैं, इनका नाम पूछते हैं। अस्सलाम वालेकुम सर। वालेकुम जी, क्या हाल है सर? अल्हम्दुलिल्लाह जी। सर तड़ा नाम? हाजी लतीफ। मेरा नाम हाजी लतीफ। ते सर 134 नवाल दे रहना ला। गुड हो गया, 134 नवाल साहिबा। शीर बकरी वाला मेरा उस्ताद है। सीधी फकीर? हां जी, सीधी फकीर मेरा उस्ताद है। मेरा चाचा वाला ਜਸਰਾ ਵਾਲਾ ਸਾਹਿਬ ਮੇਰਾ ਉਸਤਾਦ ਸੀਗਾ। ਗੁੱਡ ਹੋ ਗਿਆ ਜੀ। ਤੇ ਮਾਸ਼ਾਅੱਲਾ ਸਾਡਾ ਇੱਕੋ ਖੂਨ, ਇੱਕੋ ਬੱਕਰੀਆਂ ਦਾ, ਇੱਕੋ ਮੋਢਾ ਸਾਡੀਆਂ ਬੱਕਰੀਆਂ। ਠੀਕ ਹੋ ਗਿਆ ਜੀ। ਅੱਛਾ ਅਬਦੁਲ ਲਤੀਫ ਸਾਹਿਬ, ਮਾਸ਼ਾਅੱਲਾ ਆਹ ਬੱਕਰੀ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਆਹ ਲਾਲ ਕਲਰ ਵਾਲੀ, ਹਾਂਜੀ, ਇਹਦੀ ਕੀ ਨਸਲ ਹੈ ਬੱਕਰੀ ਦੀ? ਇਹ ਬੀਟਲ ਨਾਗਰੀਆਂ ਨੂੰ ਬੋਲਦੇ ਆ ਜੀ। ਠੀਕ ਹੈ। ਇਹ ਕਸੂਰ ਦੇ ਇਲਾਕੇ, ਲਾਹੌਰ ਦੇ ਇਲਾਕੇ, ਸ਼ੇਖੂਪੁਰ ਦੇ ਇਲਾਕੇ 'ਚ ਸ਼ੁਰੂ ਹੋਈਆਂ। ਠੀਕ ਹੈ ਜੀ। ਉੱਧਰੋਂ ਬੱਕਰਾ ਹਿੰਦੁਸਤਾਨ 'ਚੋਂ ਆਇਆ ਅਤੇ ਇਸ ਇਲਾਕੇ 'ਚ ਬੱਕਰੀਆਂ ਬਣੀਆਂ। ਹਾਂਜੀ, ਠੀਕ ਹੈ ਲਤੀਫ ਸਾਹਿਬ। ਲਤੀਫ ਸਾਹਿਬ, ਇਹ ਬੱਕਰੀ ਜ਼ਰਾ ਇਹ ਥੋੜ੍ਹੇ ਜਿਹਾ ਇੱਧਰ, ਇਹ ਨਹੀਂ ਉਹ ਚੈੱਕ ਕਰੋ, ਉਹ ਜਿਹੜੀ ਇੱਧਰ ਕਰਿਆ ਜੀ, ਚੈੱਕ ਕਰਾਉਣ ਦਾ ਥਾਣਾ ਵਾਧਾ ਘਟਾ ਹੋਇਆ ਸੀ। ਠੀਕ ਹੈ ਜੀ। ਅੱਛਾ ਲਤੀਫ ਸਾਹਿਬ, ਇਹ ਬੱਕਰੀ ਕਿੰਨੇ ਸੂਏ ਸੂ ਚੁੱਕੀ ਹੈ? ਇਹ ਮੇਰੇ ਕੋਲ 4 ਸੂਏ ਸੂ ਗਈ ਜੀ। 4 ਸੂਏ? ਤੇ ਇਹ ਮਾਸ਼ਾਅੱਲਾ ਤੁਹਾਡੇ ਕੋਲ ਕਿੰਨੀਆਂ ਬੱਕਰੀਆਂ ਟੋਟਲ ਮਾਲ 'ਚ? ਕਿੰਨੀਆਂ ਬੱਕਰੀਆਂ ਇਸ ਵੇਲੇ? ਮੇਰੇ ਕੋਲ 10 ਵੱਡੀਆਂ ਬੱਕਰੀਆਂ ਜੀ। 10 ਵੱਡੀਆਂ ਤੇ ਬਾਕੀ ਟੋਟਲ ਕਿੰਨੇ ਜਾਨਵਰ? ਟੋਟਲ 22 ਨਾਗ ਆ ਜੀ। ਮਾਸ਼ਾਅੱਲਾ ਜੀ। ਤੇ ਜ਼ਿਆਦਾਤਰ ਅੱਛੀ ਕੁਆਲਿਟੀ ਹੈ, ਕੁਝ ਮਿਕਸ ਵੀ ਹੈਗੇ ਨੇ? ਹਾਂਜੀ, ਮਿਕਸ ਵੀ ਆ, ਨਾਗਰੀਆਂ ਵਾ, ਕਾਲੀਆਂ ਵੀ ਆ ਤੇ ਮਿਕਸ ਵੀ ਨੇ? ਮਿਕਸ ਵੀ ਆ, ਡੱਬੀਆਂ ਵੀ ਆ, ਮਿਕਸ ਆ ਜੀ। ਠੀਕ ਹੋ ਗਲਤੀ ਸਭ। ਹਾਂਜੀ, ਤੋ ਵੀ ਚਲੇ ਮੈਂ ਨਾ ਆਪਕੋ ਇਨਕੇ। ਕਾਲੀ ਵੀ ਆ? ਠੀਕ ਹੈ ਸਰ। ਤੋ ਇਹ ਕਾਲੀ ਅੰਮ੍ਰਿਤਸਰੀ ਚੀਜ਼ ਹੈ, ਹਾਈਟ ਇਸ ਕੀ ਅੱਛੀ ਹੈ। ਇਹ ਸਰ ਸਾਰਾ ਮਾਲ ਜਿਹੜੀਆਂ ਵੱਡੀਆਂ ਬੱਕਰੀਆਂ ਆਪਣੀਆਂ, ਇਹ ਛੀਦੀ ਫਕੀਰ ਵਾਲੇ ਮੀਨ ਕਿ ਉਸੇ ਬੱਕਰੇ ਇੱਕੋ ਖੂਨ ਦੀਆਂ ਬੱਕਰੀਆਂ? ਠੀਕ ਹੋ ਗਿਆ। ਇੱਕੋ ਮੋਢਾ, ਮੇਰਾ ਸਤਾਰਕਾਰ ਆ, ਮੇਰਾ ਭਰਾ ਵੀ ਆ, ਚਾਚੇ ਦਾ ਪੁੱਤ ਭਾਈ ਵੀ ਆ। ਗੁੱਡ ਹੋ ਗਿਆ ਸਰ ਜੀ। ਅੱਛਾ ਜੀ, ਇਹ ਠੀਕ ਹੈ। ਅੱਛਾ ਸਰ, ਇਹਦਾ ਹਵਾਨਾ ਮੈਂ ਚੈੱਕ ਕਰਾਉਣਾ। ਇਹ ਬੱਕਰੀ ਇੱਕ ਦਿਨ ਦਾ ਪਹਿਲਾ ਸੂਆ ਪੜ ਸੂਈ ਆ? ਮਾਸ਼ਾਅੱਲਾ, ਸਿਰਫ ਪਹਿਲੇ ਸੂਏ 'ਚ ਜੀ? ਹਾਂਜੀ, ਠੀਕ ਹੈ ਸਰ। ਤੇ ਇਹ ਇੱਕ ਦਿਨ ਦਾ ਕਿੰਨਾ ਕੁ ਦੁੱਧ ਦਿੰਦੀ ਹੋਣੀ ਹੈ ਜੀ? ਇਹ ਜੀ ਦੁੱਧ ਦਿੰਦੀ ਆ, 2 ਕਿਲੋ ਦੁੱਧ ਦੇ ਕੇ ਦਿੰਦੀ। ਠੀਕ ਹੈ, ਗੁੱਡ ਹੋ ਗਿਆ ਜੀ, ਗੁੱਡ ਹੋ ਗਿਆ, ਵੈਰੀ ਗੁੱਡ। ਇਹਨੂੰ ਸੂਈ ਨੂੰ ਕਿੰਨੀ ਕੁ ਦੇਰ ਹੋ ਗਈ ਹੈ ਜੀ? ਇਹਨੂੰ ਸੂਈ ਨੂੰ ਹੋ ਗਿਆ ਜੀ ਹੁਣ 3 ਮਹੀਨੇ ਹੋ ਗਏ, ਸੂਈਆਂ ਹੁਣ ਲਵਾਉਣੀਆਂ ਜੀ। ਮਾਸ਼ਾਅੱਲਾ ਜੀ, 3 ਮਹੀਨੇ ਹੋ ਚੁੱਕੇ, ਹਜੇ ਵੀ 2 ਕਿਲੋ 2.5 ਕਿਲੋ ਦੁੱਧ ਦੇ ਰਹੀ ਹੈ। ਹਾਂਜੀ, ਆ ਕਾਲੀ ਵੀ ਆ ਗਈ ਜੀ। ਮਾਸ਼ਾਅੱਲਾ ਜੀ, ਦੋ ਕੈਮਰਾ ਨੂੰ ਅੰਮੂ ਮਾਲ। ਹਾਂ ਠੀਕ ਹੈ ਜੀ, ਮਾਸ਼ਾਅੱਲਾ, ਇਹ ਵੀ ਅੱਛੀ ਚੀਜ਼ ਹੈ ਜੀ। ਯਾਰ ਇਹਦਾ ਕੰਡਾ ਲੈ ਤਾਂ ਕਿ ਗਿਰ ਗਿਆ ਤੇ ਡੇਰੀ ਦਾ। ਹਾਂਜੀ ਹਾਂਜੀ, ਇਹ ਵੀ ਚੰਗੀ ਆ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਕਾਫੀ ਅੱਛੀ। ਇਹ ਕਿੰਨੇ ਸੂਏ 'ਚ ਹੈ ਜੀ? ਇਹ ਦੂਸਰੇ ਟੂਏ ਪਾਟ। ਮਾਸ਼ਾਅੱਲਾ। ਤੇ ਇਹ ਸਰ ਕਿੰਨਾ ਕੁ ਦੁੱਧ ਦਿੰਦੀ ਹੋਣੀ ਹੈ? ਇਹ ਦਿੰਦੀ 3 ਕਿਲੋ ਦੁੱਧ ਜੀ। 3 ਕਿਲੋ? ਹਾਂਜੀ। ਮਾਸ਼ਾਅੱਲਾ ਲੱਗ ਰਿਹਾ ਜੀ, ਅੱਛੀ ਚੀਜ਼ ਹੈ ਜੀ। ਹਾਂਜੀ, ਪਾ ਦਿਓ ਤੇ ਚੋਲਾ ਪਾ ਦਿਓ। ਮਾਸ਼ਾਅੱਲਾ ਜੀ, ਅੱਛੀ ਚੀਜ਼ ਹੈ। ਤੋ ਵੀਵਰਸ, ਜਸਟ ਮੈਂ ਵੈਸੇ ਹੀ ਗੁਜ਼ਰਾ ਥਾ ਤੋ ਚੀਜ਼ੇ ਇਨਕੀ ਮੁਝੇ ਅੱਛੀ ਲਗੀ ਹੈ ਤੋ ਮੈਨੇ ਵੀਡੀਓ ਕ੍ਰੀਏਟ ਕਰ ਦੀ ਹੈ ਔਰ ਇਨਕਾ ਐਡਰੈਸ ਵਗੈਰਾ ਮੈਨੇ ਬੋਲ ਦੀ ਹੈ ਵੀਡੀਓ ਮੈਂ। ਠੀਕ ਹੈ, ਔਰ ਉਸਤਾਦ ਸ਼ੀਦੀ ਫਕੀਰ ਮੀਨ ਕੇ ਇੱਕ ਮਸ਼ਹੂਰ ਹੈ ਸਾਹੀਵਾਲ ਕੇ, इनकी बकरियां उस घर की हैं। ठीक है, तो अच्छा माल है इनके पास। ये मैं आपको ना रेड प्रिंट वाली चीज़ दिखा रहा हूँ। तो अच्छा सर, अपने को कोई जानवर इस टाइम सेल वाला मीन के बेचने वाला है? इस टाइम बेच भी लेंदे जी, बेच भी लेंदे जी। तो चलो, यह तो गुड हो गया जी, साड़ा ठीक हो गया। तो सर अपना नंबर बोलो। 100 मेरा 0309 0309 6151 6154 6154 34 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
क्वालिटी में है, ठीक है। उनकी हाइट्स वगैरह लेंथ वगैरह काफ़ी अच्छी हैं, ये देखना मैं आपको चेक करवा रहा हूँ, ठीक है। तो बेसिकली यार चरवाहों की वीडियो, जो एक रेवड़ में माल होता है ना वो मंडी में नहीं होता, इन बकरियों की क्वालिटी और मंडी वाली बकरियों की क्वालिटी में 100% नहीं तो 50% तो ज़रूर फ़र्क होगा, ठीक है। चीज़ें माशाल्लाह इनके पास देखें, ये चेक करें, रेवड़ है छोटा सा ये है लेकिन अच्छा है, प्यारा है माशाल्लाह, इन्होंने ना एक अपना सर्कट भी। अच्छा अब्दुल लतीफ साहब ज़रा इधर आया जे, सर दे सर। अच्छा सर माशाल्लाह तुम साहिवाल के रहने वाले शहीद फकीर वाला मीन के अपनी माल होने वाला है, हाँ जी। तो सर साहिवाल के होर भी माशाल्लाह चंगे चंगे बकरियां वाले, तुम जिन्होंने चंगे चंगे जान देने नाम दसो सर।
ਮੈਂ ਜੀ ਅਸੀਂ ਪੂਰੇ ਆਪਣਾ ਅਸ਼ਰਫ ਗੁਜਰ ਨੂੰ ਲਤੀਫ ਨੂੰ ਚੌੜ ਚੱਕ ਚ ਠੀਕ ਹੈ ਜੀ ਕਾਦਰਾਬਾਦ ਦੇ ਰਹਿਣ ਵਾਲੇ ਆ ਮਾਸ਼ਾਅੱਲਾ ਜੀ ਤੇ ਉਹਨਾਂ ਸਾਰਿਆਂ ਜਾਣਦੇ ਆ ਉਹਦਾ ਭਾਈ ਇਕੱਲਾ ਨੂੰ ਪਿਆਰਾ ਹੋ ਗਿਆ ਹਾਂਜੀ ਹਾਂਜੀ ਜਗ੍ਹਾ ਹਾਂਜੀ ਉਹ ਵੀ ਸਾਡਾ ਭਾਈ ਸੀਗਾ ਠੀਕ ਹੈ ਉਹ ਵੀ ਬਹੁਤ ਅੱਛਾ ਆਦਮੀ ਸੀਗਾ ਔਰ ਸਾਥ ਜਿੰਨੇ ਆਪਣੇ ਜਾਨੀ ਗਏ ਹਾਂਜੀ ਬਾਹੂ ਹੋਣੀ ਚੀਕੇ ਹੋਣੀ ਠੀਕ ਹੈ ਤੇ ਜਿੰਨੇ ਗੁਜਰ ਗੱਲਾਂ ਮੰਡੀ ਵਾਲੇ ਹਾਂਜੀ ਫਿਰ ਪੱਪੂ ਗੁਜਰ ਹਾਜੀ ਠੀਕ ਹੈ ਸਾਰੇ ਮਤਲਬ ਸਾਡੇ ਬਾਗ ਵੀ ਆ ਸਾਰਿਆਂ ਨਾਲ ਅੱਛਾ ਜੀ ਜਿਹਨਾਂ ਤੁਸੀਂ ਨਾਮ ਦੱਸੇ ਜ਼ਿਆਦਾਤਰ ਗੁਜਰ ਨੇ ਜ਼ਿਆਦਾਤਰ ਗੁਜਰ ਨੇ ਦੱਸੇ ਨੇ ਨਾ ਇਹਨਾਂ ਸਰ ਬੱਕਰੀਆਂ ਨਾਲ ਕੋਈ ਕਿੱਦਾਂ ਦੀ ਕਿਹੜੀ ਨਸਲ ਬੱਕਰੀ ਲਤੀਫ ਗੁਜਰ ਤੇ ਆਪਣਾ ਹਾਜੀ ਪੱਪੂ ਗੁਜਰ ਪੱਪੂ ਗੁਜਰ ਸਾਹਿਬ ਹਾਂਜੀ ਕਾਲਾ ਗੁਜਰ ਓਹਦਾ ਭਾਈ ਠੀਕ ਹੈ ਜੀ ਤੇ ਫਿਰ ਕਾਲਾ ਬੱਲੀ ਕਰਕੇ ਬੋਲਦੇ ਜੀ ਓਹਨੂੰ ਠੀਕ ਹੈ ਠੀਕ ਹੈ ਤੇ ਅਲਹਮਦੁਲਿਲਾ ਜੀ ਸ਼ੁਕਰ ਅੱਲਾ ਪਾਕ ਦਾ ਤੇ ਅਸੀਂ ਔਰ ਸਾਡੇ ਕੋਲ ਗੌਰਮੈਂਟ ਦੀ ਸਰ ਦਾ ਹਾਂਜੀ ਇਹ ਝੂਠ ਕੋਈ ਨਹੀਂ ਸਹੀ ਹੈ ਜੀ ਅਸੀਂ ਜ਼ਮਾਨੇ ਦੇ ਬੱਕਰੀਆਂ ਚੋਈਆਂ ਸ਼ੌਕ ਕੀਤਾ ਇਸ਼ਕ ਕੀਤਾ ਜਿਹਨੂੰ ਆਸ਼ਕ ਜਿਹਨਾਂ ਨੂੰ ਕਹਿੰਦੇ ਸੀ ਉਹ ਆਸ਼ਕ ਮਾਸ਼ਾਅੱਲਾ ਜੀ ਹਾਂਜੀ ਔਰ ਨਹੀਂ ਝੂਠ ਵੀ ਕੋਈ ਨਹੀਂ ਗੁੱਡ ਔਰ ਹੱਕ ਸੱਚ ਦੀ ਬਾਤ ਆ ਬਿਲਕੁਲ ਜੀ ਨੇਕ ਮਹੀਨਾ ਸੱਚ ਗੱਲ ਦੱਸਾਂਗੇ ਝੂਠ ਨਹੀਂ ਕਰੂੰਗਾ ਮੈਂ ਠੀਕ ਹੈ ਜੀ ਠੀਕ ਹੈ ਅੱਛਾ ਅਲਤੀਫ ਸਰ ਤੁਸੀਂ ਬੱਕਰੀਆਂ ਵਗੈਰਾ ਮੇਲਿਆਂ ਦੇ ਵਿੱਚ ਆਉਂਦੇ ਰਹੇ ਬਹੁਤ ਬਹੁਤ ਚੋਈਆਂ ਜੀ ਇਨਸ਼ਾਅੱਲਾ ਅਲਹਮਦੁਲਿਲਾ ਅੱਛਾ ਕੋਈ ਤੁਹਾਡੀ ਯਾਦਗਾਰ ਤਰੀਨ ਜਿਹੜੀ ਬੱਕਰੀ ਚੰਗੀ ਮਿਣ ਕੇ ਚੜ੍ਹਾਈ ਕੀਤੀ ਹੋਵੇ ਬੱਕਰੀ ਗਈ ਇੱਕ ਮਣ 5 ਕਿਲੋ ਦੋ ਬੱਕਰੀਆਂ ਮੇਰੀਆਂ ਗੱਗੋ ਮੰਡੀ ਵੀ ਦੁੱਧ ਦਿੱਤਾ ਕਿਉਂ ਜੀ ਇਹਦੀਆਂ ਇੱਦਾਂ ਹੀ ਤੇ ਫਿਰ ਤੇਰਾ ਅੱਲਾ ਭਲਾ ਕਰੇ ਉੱਥੇ ਸੂਜਾਬਾਦ ਚ ਹੋ ਗਿਆ ਮਾਸ਼ਾਅੱਲਾ ਉੱਥੇ ਬੱਕਰੀ ਮੇਰੀ ਨੇ 32 ਕਿਲੋ ਦੁੱਧ ਦਿੱਤਾ ਬਿਲਕੁਲ ਹਾਂਜੀ ਫਿਰ ਮੈਂ ਆ ਕਾਦਰਾਬਾਦ ਬੱਕਰੀ ਚੋਈ ਇੱਥੇ ਬੱਕਰੀਆਂ 18 ਕਿਲੋ ਇੱਕ ਨੇ ਮਾਸ਼ਾਅੱਲਾ ਠੀਕ ਹੈ ਜੀ ਠੀਕ ਹੈ ਫਿਰ ਅੱਲਾ ਤੇਰਾ ਭਲਾ ਕਰੇ ਫਿਰ ਮੈਂ ਕਮਾਲੀਏ ਮਿਲ ਮੋੜ ਚੋ ਗਿਆ ਉੱਥੇ ਬੱਕਰੀਆਂ ਤਾਂ 22 ਕਿਲੋ ਮੇਰੀ ਨੇ ਗੁੱਡ ਹੋ ਗਿਆ ਫਿਰ ਬੱਕਰੀਆਂ ਚੋ ਗਿਆ ਪੈਂਠ ਆਪਣੇ ਵਿਸ਼ੇਸ਼ ਸਤਿਆਣੇ ਵਾਲੇ ਹਾਂਜੀ ਕੋਟਾਂ ਅੱਡੇ ਠੀਕ ਹੈ ਕੋਟਾਂ ਅੱਡੇ ਚੋ ਗਿਆ ਉੱਥੇ ਬੱਕਰੀ ਦਿੱਤਾ 29 ਕਿਲੋ ਹਾਂਜੀ ਠੀਕ ਆ ਅੱਛਾ ਲਤੀਫ ਸਾਹਿਬ ਇਸ ਟਾਈਮ ਮਾਸ਼ਾਅੱਲਾ ਬੱਕਰੀਆਂ ਜਿਹੜੀਆਂ ਆਪਣੇ ਇੱਜੜ 'ਚ ਖੜੀਆਂ ਸੋਹਣੀਆਂ ਨੇ ਹਾਂਜੀ ਅਤੇ ਜਿਹੜੀਆਂ ਵੱਡੀਆਂ ਬੱਕਰੀਆਂ ਉਹ ਆਪਣੀਆਂ ਘਰ ਨੇ ਕਿ ਕੋਈ ਉਹ ਮੈਂ ਉਹ ਨੁਕਰੇ ਲਾਈਆਂ ਜੀ ਘਰ ਸ਼ੌਕ ਆ ਇਸ਼ਕਾ ਮਾਸ਼ਾਅੱਲਾ ਜੀ ਉਹਨਾਂ ਨੂੰ ਹਰ ਤਰ੍ਹਾਂ ਸੇਵਾ ਪੂਰੀ ਕਰੀਦੀ ਆ ਇਹ ਆ ਵੀ ਤੰਗੀ ਨਹੀਂ ਦਿੰਦੇ ਤੰਗੀ ਨਹੀਂ ਦੇਈਦਾ ਬਾਹਰ ਲਿਆਉਂਦਾ ਨਹੀਂ ਮੈਂ ਗੁੱਡ ਹੋ ਗਿਆ ਸਰ ਦੁੱਧ ਲੈ ਕੇ ਤੁਰਿਆ ਨਹੀਂ ਜਾਂਦਾ ਘਰ 'ਚ ਖੜੀਆਂ ਹੁੰਦੀਆਂ ਠੀਕ ਹੈ ਜੀ ਸੁੱਕੇ ਥਾਂ ਬਹਿਣ ਮਾਸ਼ਾਅੱਲਾ ਅਸੀਂ ਕੋਠੀਆਂ ਪਾਈਆਂ ਨੂੰ ਦੇਖਦੇ ਅਸੀਂ ਇਹਨਾਂ ਨੇ ਕੋਠੀਆਂ ਪਾ ਕੇ ਦਿੱਤੀਆਂ ਗੁੱਡ ਹੋ ਗਿਆ ਜੀ ਇਹਨਾਂ ਨੇ ਕੋਠੀਆਂ ਦਿੱਤੀਆਂ ਤੇ ਇਹਨਾਂ ਨੂੰ ਕਰਮ ਵਾਲੀਆਂ ਸੇਵਾ ਕੀਤੀ ਮਾਸ਼ਾਅੱਲਾ ਜੀ ਸਾਨੂੰ ਇਹਨਾਂ ਚਿਰੋਂ ਭਾਗ ਲੱਗੇ ਆ ਬਿਲਕੁਲ ਜੀ ਬਿਲਕੁਲ ਔਰ ਰੋਜ਼ੀ ਵੀ ਅੱਲਾ ਪਾਕ ਦੇ ਹੁਕਮ ਨਾਲ ਬਿਲਕੁਲ ਇਹਨਾਂ ਚਿਰੋਂ ਕਮਾ ਕੇ ਰੱਜ ਕੇ ਖਾਧੀ ਆ ਮਾਸ਼ਾਅੱਲਾ ਜੀ ਅੱਲਾ ਨੇ ਹਰ ਸ਼ਾਇਦ ਹਾਲਾਤ ਵਿਆਹੀ ਇਹਨਾਂ ਨੇ ਕਰਮ ਵਾਲੀਆਂ ਨੇ ਸਮਾਨ ਨੇ ਮਾਸ਼ਾਅੱਲਾ ਜੀ ਜੇ ਕੋਠੀਆਂ ਪਾ ਕੇ ਦਿੱਤੀਆਂ ਤੇ ਇਸ ਬੱਕਰੀਆਂ ਨੇ ਦਿੱਤੀਆਂ ਤੇ ਅੱਜ ਵੀ ਬੱਕਰੀਆਂ ਬਾਬੇ ਹੋਣੀ 4 ਤੇ ਬੱਕਰੀਆਂ ਨਹੀਂ ਛੱਡੀਆਂ ਮਾਸ਼ਾਅੱਲਾ ਜੀ ਬਹੁਤ ਆਲਾ ਜੀ ਅੱਛਾ ਜੀ ਆਪਣੇ ਮਾਲ 'ਚ ਮਾਸ਼ਾਅੱਲਾ ਬੱਕਰੀਆਂ ਅੱਛੀਆਂ ਨਜ਼ਰ ਆਈਆਂ ਬੱਕਰਾ ਕੋਈ ਨਹੀਂ ਹੈਗਾ ਇਸ ਟਾਈਮ ਬੱਕਰਾ ਕੋਈ ਆਪਣੇ ਬੱਕਰਾ ਹੈਗਾ ਜੀ ਕਾਲਾ ਦਾ ਮੇਰਾ ਬੋਰਾ ਸਾਡਾ ਬਾਈ ਅੱਛਾ ਸਾਂਝ ਛੱਡਿਆ ਹੋਇਆ ਜੀ ਬੱਚੇ ਤਿਆਰ ਕਰ ਰਹੇ ਹਾਂ ਜੀ ਮਾਸ਼ਾਅੱਲਾ ਜੀ ਇਹ ਸਾਂਝ ਬਣਾ ਰਹੇ ਹਾਂ ਜੀ ਆ ਦੇਖੋ ਬੱਚੇ ਤਿਆਰ ਕਰ ਰਹੇ ਆ ਦੇਖੋ ਠੀਕ ਹੈ ਜੀ ਠੀਕ ਅੱਛਾ ਇਹ ਵੀ ਆ ਛੀਦੀ ਵਾਲੇ ਮਿੰਕ ਮਾਲ ਦਾ ਹੀ ਹੈ ਹਾਂ ਜੀ ਉਸੇ ਬੱਕਰੇ ਦਾ ਕੰਨ ਕੁੰਨ ਮਾਸ਼ਾਅੱਲਾ ਜੀ ਸੋਹਣੀ ਚੀਜ਼ ਹੈ ਠੀਕ ਹੈ ਸਰ ਠੀਕ ਗੁੱਡ ਹੋ ਗਿਆ ਕਰ ਦਿਓ ਸਰ ਇੱਕ ਹੋਰ ਬੱਕਰਾ ਕਾਲਾ ਜਿਹਾ ਇਹ ਨਾਲ ਦਾ ਹਾਂਜੀ ਫੋਰਾ ਹਾਂਜੀ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਜੀ ਦਿਖਾ ਦਿਓ ਦਿਖਾ ਦਿਓ ਲਾਉਣਾ ਜੀ ਫੋਰਾ ਗੁੱਡ ਹੋ ਗਿਆ ਮਾਸ਼ਾਅੱਲਾ ਜੀ ਅੱਛੀ ਚੀਜ਼ ਹੈ ਅੱਛਾ ਜੀ ਕਾਲੀ ਬੱਕਰੀਆਂ ਦਾ ਮਾਸ਼ਾਅੱਲਾ ਜ਼ਿਆਦਾ ਸ਼ੌਕ ਲੱਗ ਰਿਹਾ ਮੈਨੂੰ ਤਾਂ ਲੱਗਦਾ ਤੁਹਾਨੂੰ ਠੀਕ ਹੈ ਜੀ ਚਲੋ ਲਤੀਫ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ ਸਰ ਤੇ ਸਰ ਇੱਕ ਆਖਰੀ ਕੁਐਸਚਨ ਤੁਹਾਨੂੰ ਬੱਕਰੀਆਂ ਚੱਲਦਿਆਂ ਨੂੰ ਕਿੰਨੀ ਕੁ ਦੇਰ ਹੋ ਗਈ ਸਰ ਮੈਨੂੰ ਘੱਟੋ ਘੱਟ ਦੀ 40 ਸਾਲ ਹੋ ਗਏ ਬਚਪਨ ਤੋਂ ਬੱਕਰੀਆਂ ਜਾਣਦਾ ਗੁੱਡ ਹੋ ਗਿਆ ਅੱਛਾ ਸਰ ਅੱਜ ਕੱਲ੍ਹ ਬਹੁਤ ਜ਼ਿਆਦਾ ਆਵਾਮ ਨਾਲ ਬੱਕਰੀਆਂ ਵਾਲੇ ਮੀਨ ਕੇ ਫੀਲਡ 'ਚ ਆ ਰਹੀ ਲੋਕ ਬੱਕਰੀਆਂ ਵਾਲਾ ਕੰਮ ਕਰਨਾ ਚਾਹੁੰਦੇ ਨੇ ਹਾਂਜੀ ਹਾਂਜੀ ਤੁਸੀਂ ਜਿਹੜੇ ਨਵੇਂ ਲੋਕ ਕੰਮ ਕਰਨਾ ਚਾਹੁੰਦੇ ਉਹਨਾਂ ਨੂੰ ਕੋਈ ਪੈਗਾਮ ਦਿਓਗੇ ਇਹ ਕੰਮ ਕਰਨਾ ਚਾਹੀਦਾ ਮੁਨਾਫੇ ਵਾਲਾ ਹੈਗਾ ਜਾਂ ਨਹੀਂ ਹੈਗਾ ਇਹ ਮੁਨਾਫੇ ਵਾਲਾ ਜੀ ਕੰਮ ਠੀਕ ਆ ਜੀ ਅਲਹਮਦੁਲਿਲਾ ਬਹੁਤ ਅੱਛਾ ਕੰਮ ਆ ਠੀਕ ਆ ਜੀ ਔਰ ਦੂਸਰੀ ਗੱਲ ਇਹ ਆ ਜੀ ਇਹ ਬੱਕਰੀਆਂ ਹਜ਼ੂਰ ਪਾਕ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਚਾਰੀਆਂ ਬੇਸ਼ੱਕ ਜੀ ਉਹਨਾਂ ਦੇ ਸਦਕੇ ਨਾਲ ਅਸੀਂ ਇਸ ਬੱਕਰੀਆਂ ਚੋਂ ਰੱਜ ਕਮਾਈ ਕਰਦੇ ਹਾਂ ਮਾਸ਼ਾਅੱਲਾ ਜੀ ਔਰ ਅਸੀਂ 2 ਲੱਖ 1.5 ਲੱਖ ਹਾਂਜੀ ਲੱਖ ਤੋਂ ਘੱਟ ਬੱਕਰੀ ਨਹੀਂ ਦਿੱਤੀ ਇੱਦਾਂ ਹੀ ਹੈ ਬਿਲਕੁਲ ਸਮਝਿਆ ਜੀ ਸਮਝਦੇ ਔਰ ਸਾਡਾ ਇਸ਼ਕਵਾ ਇਹਨਾਂ ਬੱਕਰੀਆਂ ਨਾਲ ਸਾਡਾ ਸ਼ੌਕ ਆ ਮਾਸ਼ਾਅੱਲਾ ਜੀ ਔਰ ਅਲਹਮਦੁਲਿਲਾ ਮੈਂ ਦੋਧਿਆਂ ਪੋਤਿਆਂ ਵਾਲਾ ਤਾਂ ਮੈਂ ਬੱਕਰੀ ਜ਼ਮਾਨੇ ਦੇ ਝਾਰੀ ਆ ਮਾਸ਼ਾਅੱਲਾ ਔਰ ਦੁਨੀਆ ਕਹਿੰਦੀ ਆ ਵਾਕਿਆ ਬੱਕਰੀਆਂ ਰੱਖੀਆਂ ਇਸ ਮਾਸ਼ਾਅੱਲਾ ਜੀ ਮਾਸ਼ਾਅੱਲਾ ਔਰ ਜੀ ਮੇਰਾ ਭਾਈ ਆ ਹਾਂਜੀ ਉਹਦਾ ਵਾਲਦ ਸਾਹਿਬ ਮੇਰਾ ਚਾਚਾ ਸੀ ਮੇਰਾ ਉਸਤਾਦ ਘਰ ਸੀ ਸਹੀ ਹੈ ਜੀ ਸਾਡੇ ਤੋਂ ਬੱਕਰੀ ਬਣਾਉਣੀ ਆ ਸਾਰੇ ਜ਼ਮਾਨੇ ਦੀ ਚੋਈਆਂ ਵੀ ਹਰ ਸਾਲ ਰੱਜ ਕੇ ਕੀਤਾ ਮਾਸ਼ਾਅੱਲਾ ਜੀ ਔਰ ਕਰਦੇ ਹੁਣ ਵੀ ਅੱਛੀ ਹੈ ਜੀ ਬਹੁਤ ਅੱਛਾ ਹੋ ਗਿਆ ਚਲੋ ਤੀਸ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ ਸਰ ਬਹੁਤ ਸ਼ੁਕਰੀਆ ਸਰ